ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਬਣਾਵਾਂਗੇ ਬਰਫੀ, ਕਿਉਂਕਿ ਰੱਖੜੀਆਂ ਦਾ ਤਿਉਹਾਰ ਆ ਰਿਹਾ ਹੁਣ, ਸਾਰਾ ਇੱਧਰ ਲੋਕਡਾਊਨ ਆ ਹੁਣ, ਇਸ ਕਰਕੇ ਆਪਾਂ ਘਰ ਮਠਿਆਈ ਬਣਾ ਲੈਂਦੇ ਹਾਂ, ਨਾਲੇ ਘਰ ਦੀ ਜ਼ਿਆਦਾ ਹੈਲਥੀ ਹੁੰਦੀ ਆ। ਬਰਫੀ ਬਣਾਉਣ ਲਈ ਸਭ ਤੋਂ ਪਹਿਲਾਂ ਮੈਂ ਆ ਟੇਬਲ ਸਪੂਨ ਆ ਮੇਰੇ ਕੋਲ, ਮੈਂ ਇਹ 2 ਟੇਬਲ ਸਪੂਨ ਘੇ ਦੇ ਲਊਂਗੀ। ਮੇਰੇ ਕੋਲ ਦੇਸੀ ਘੀ ਆ, ਸਹੀ ਤਕਰੀਬਨ ਮੈਂ 2 ਟੇਬਲ ਸਪੂਨ ਘਿਓ ਦੇ ਲੈ ਲਏ ਆ। ਜਿੱਦਾਂ ਹੁਣ ਮਿਲਟ ਹੋ ਗਿਆ, ਜੇ ਤੁਹਾਡੇ ਕੋਲ ਟੇਬਲ ਸਪੂਨ ਜਿੱਦਾਂ ਇੱਦਾਂ ਦਾ ਨਹੀਂ ਵੀ ਹੈਗਾ, ਤੁਸੀਂ ਕਿਸੇ ਹੋਰ 'ਚ ਖਾਣ ਵਾਲੇ ਚਮਚੇ ਨਾ 2 ਚਮਚੇ ਘਿਓ ਦੇ ਵਿੱਚ ਪਾ ਲਓ, ਕਿਉਂਕਿ ਇਹ 20 ਮਿਲਦਾ ਆ। ਅਤੇ ਹੁਣ ਮੈਂ ਇਹਦੇ ਵਿੱਚ 1 ਕੱਪ ਦੁੱਧ ਦਾ, ਨੋਰਮਲ ਜਿਹੜਾ ਦੁੱਧ ਆਪਾਂ ਘਰ ਵਰਤਦੇ ਹਾਂ, ਮੈਂ ਉਹ ਲਿਆ। ਜੇ ਤੁਹਾਡੇ ਕੋਲ ਇੱਦਾਂ ਦਾ ਵੀ ਨਹੀਂ ਹੈਗਾ ਕੱਪ, ਤੁਸੀਂ ਨੋਰਮਲ ਕੱਪ ਨਾਲ ਸਾਰੀ ਮਿਹਨਤੀ ਕਰ ਲਓ ਜਿਹੜਾ ਆਪਣੇ ਕੋਲ ਘਰ ਕੱਪ ਹੁੰਦਾ। ਸੋ ਇਹ ਮੈਂ ਵਿੱਚ ਪਾਤਾ, ਹੁਣ ਮੈਂ ਮਿਕਸ ਕਰ ਲਿਆ ਸਾਰੇ ਨੂੰ ਚੰਗੀ ਤਰ੍ਹਾਂ, ਇੱਦਾਂ ਲਾ ਲੈਣਾ ਆ ਕੜਛੀ ਦੇ ਨਾਲ। ਅਤੇ ਹੁਣ ਮੈਂ ਹੀਟ ਬੰਦ ਕਰ ਦੂੰਗੀ, ਬਿਲਕੁਲ ਬੰਦ ਇਹਨੂੰ ਕਰ ਦੇਣਾ ਆ। ਹੁਣ ਮੇਰੇ ਕੋਲ ਸੁੱਕਾ ਦੁੱਧ ਆ, ਸੁੱਕੇ ਦੁੱਧ ਦੇ ਮੈਂ 2 ਕੱਪ ਇਹ ਪਾਏ ਆ ਵਿੱਚ, 1 ਕੱਪ ਨੋਰਮਲ ਦੁੱਧ ਦਾ ਪਾ ਕੇ ਅਤੇ 2 ਸੁੱਕੇ ਦੇ ਇਹ ਪਾਉਣੇ ਆ। ਇਹ ਹੈਗੀ ਨੀਲੀ 200 ਜਿੱਦਾਂ ਗ੍ਰਾਮ ਆ, 2 ਕੱਪਾਂ 'ਚ ਆਉਂਦਾ, ਕਿਉਂਕਿ ਦੁੱਧ ਹਲਕਾ ਬਹੁਤ ਹੁੰਦਾ ਆ, 200 ਗ੍ਰਾਮ ਆ। ਸੋ ਹੁਣ ਆਪਾਂ ਇਹਨੂੰ ਵਿੱਚ ਪਾ ਕੇ ਮਿਕਸ ਕਰ ਦੇਣਾ, ਕਿਉਂਕਿ ਮੈਂ ਚੁੱਲ੍ਹਾ ਜਿਹੜਾ ਬੰਦ ਕੀਤਾ ਆ ਬਿਲਕੁਲ। ਜੇ ਤੁਹਾਡੇ ਕੋਲ ਹੋ ਨਾ ਚੰਗੀ ਤਰ੍ਹਾਂ ਇੱਦਾਂ ਤੁਹਾਨੂੰ ਲੱਗਦਾ ਹੈ ਵੀ ਲੰਪਸ ਪੈ ਜਾਓਗੇ, ਫਿਰ ਤੁਸੀਂ ਕੀ ਕਰੋ, ਪਹਿਲਾਂ 1 ਕੱਪ ਹੌਲੀ ਹੌਲੀ ਪਾ ਦਿਓ, ਫਿਰ 2 ਕੱਪ ਨੂੰ ਹੈ ਨਾ ਚੰਗੀ ਤਰ੍ਹਾਂ ਪਾ ਕੇ ਇੱਦਾਂ ਮਿਕਸ ਕਰ ਲਓ। ਪਰ ਜੇ ਤੁਸੀਂ ਇੱਦਾਂ 2 ਇਕੱਠੇ ਪਾ ਕੇ ਵੀ ਮਿਕਸ ਕਰੋ, ਲੰਪਸ ਨਹੀਂ ਪੈਂਦੇ ਹੈਗੇ। ਜੇ ਥੋੜ੍ਹੀ ਰਹਿ ਵੀ ਜਾਣ ਜਿੱਦਾਂ ਵਿੱਚ ਡਲੀਆਂ ਹੀ ਆ, ਫਿਰ ਉਹ ਆਪੇ ਜਦੋਂ ਆਪਾਂ ਗੈਸ ਔਨ ਕਰਨਾ ਆ, ਚੁੱਲ੍ਹਾ ਔਨ ਕਰਨਾ, ਆਪੇ ਹੋ ਜਾਣੇ ਆ ਠੀਕ। ਆ ਦੇਖੋ ਬਿਲਕੁਲ ਨਹੀਂ ਹੋਏ ਹੈਗੇ ਵਿੱਚ। ਹੁਣ ਮੈਂ ਗੈਸ ਨੂੰ ਔਨ ਕਰ ਦਿੱਤਾ ਅਤੇ ਐਨ ਸਲੋ 'ਤੇ ਰੱਖਣਾ ਆ, ਕਿਉਂਕਿ ਅਜੇ ਆਪਾਂ ਇਹਨੂੰ ਮਿਕਸ ਕਰਨਾ ਆ, ਸਲੋ 'ਤੇ ਰੱਖਾਂਗੇ। ਕੋਈ ਵੀ ਲੰਪਸ ਵਿੱਚ ਨਾ ਰਹੇ, ਆਪਾਂ ਚੰਗੀ ਤਰ੍ਹਾਂ ਇੱਦਾਂ ਕਰ ਦੇਣਾ ਆ ਕੜਛੀ ਦੇ ਨਾਲ, ਇਹਨੂੰ ਮਿਕਸ ਕਰੀ ਜਾਣਾ, ਕਿਉਂਕਿ ਥੱਲੇ ਵੀ ਨਾ ਲੱਗੇ ਸਲੋ 'ਤੇ ਕਰਕੇ। ਇਹ ਬਰਫੀ ਬਹੁਤ ਛੇਤੀ ਬਣ ਜਾਂਦੀ ਹੈ, ਇਹਨੂੰ ਕੋਈ ਚਿਰ ਨਹੀਂ ਲੱਗਦਾ ਹੈਗਾ, ਅਤੇ ਸੌਖੀ ਵੀ ਬਹੁਤ ਆ ਘਰ ਬਣਾਉਣੀ। ਅਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਰੱਖੜੀ ਦੀਆਂ ਬਹੁਤ ਬਹੁਤ ਵਧਾਈਆਂ। ਕਿਉਂਕਿ ਸਾਰੇ ਭਰਾਵਾਂ ਦੀਆਂ ਭੈਣਾਂ ਸਦਾ ਖੁਸ਼ ਰਹਿਣ, ਅਤੇ ਸਾਰੀਆਂ ਭੈਣਾਂ ਦੇ ਭਰਾ ਸਦਾ ਹੀ ਖੁਸ਼ ਰਹਿਣ ਆਪਣੇ ਘਰ। ਵਾਹਿਗੁਰੂ ਸਾਹਿਬ ਨੂੰ ਤੰਦਰੁਸਤੀ ਬਖਸ਼ੇ। ਅਤੇ ਹੁਣ ਮੈਂ ਮੀਡੀਅਮ ਲੋ 'ਤੇ ਕਰ ਦਿੱਤਾ ਆ, ਜਿੱਦਾਂ ਮੀਡੀਅਮ ਬੰਨੇ ਰੱਖਣਾ, ਲੋ ਵੀ ਨਹੀਂ, ਉਹਦੇ ਮਿਡਲ ਜਿਹੇ 'ਚ ਚੁੱਲ੍ਹੇ ਨੂੰ ਕਰ ਲਿਆ ਆ। ਦੇਖੋ ਥਿੱਕ ਹੋਣ ਲੱਗ ਪਿਆ, ਦੇਖੋ ਇੱਦਾਂ ਇਕੱਠਾ ਹੋਣ ਲੱਗ ਪਿਆ ਹੁਣ ਖੋਆ ਜਿਹੜਾ ਆ। ਅਤੇ ਜਦੋਂ ਇਹ ਇੱਦਾਂ ਇਕੱਠਾ ਹੋ ਗਿਆ, ਹੁਣ ਆਪਾਂ ਇਹਦੇ ਵਿੱਚ ਸ਼ੂਗਰ ਪਾ ਦੇਣੀ ਆ। ਸ਼ੂਗਰ ਮੈਂ 1/2 ਕੱਪ ਲਈ ਆ, ਜਿੱਦਾਂ ਤੁਹਾਨੂੰ ਪਾਊਡਰ ਸ਼ੂਗਰ ਚਾਹੀਦੀ ਆ, ਮੇਰੇ ਕੋਲ ਪਾਊਡਰ ਸ਼ੂਗਰ ਹੈ ਨਹੀਂ ਸੀ, ਮੈਂ ਨਿਊਟਰੀ ਬੁਲਟ ਦੇ ਵਿੱਚ ਉਹਨੂੰ ਬਰੀਕ ਕਰ ਲਿਆ। ਤੁਸੀਂ ਮਿਕਸੀ ਦੇ ਵਿੱਚ ਕਿਸੇ ਵੀ ਚੀਜ਼ ਦੇ ਵਿੱਚ ਉਹਨੂੰ ਚੰਗੀ ਤਰ੍ਹਾਂ ਬਰੀਕ ਕਰ ਲਓ ਹੁਣ, ਮੈਂ ਉਹਦੀ ਪਾਊਡਰ ਸ਼ੂਗਰ ਬਣਾ ਲਈ ਆ, ਇਹ 1/2 ਕੱਪ ਆ। ਜਿਹੜੀ ਵੀ ਚੀਜ਼ ਦਾ ਤੁਸੀਂ ਹੈ ਨਾ ਪਹਿਲਾਂ ਮਿਹਨਤੀ ਲਈ ਆ, ਉਹਦੇ ਮੁਤਾਬਕ ਚੀਜ਼ਾਂ ਪਾਈ ਜਾ। ਜਿੱਦਾਂ ਮੈਂ ਇਹਦੇ ਮੁਤਾਬਕ ਲਿਆ ਸੀ ਸਾਰਾ ਕੁਛ ਕੱਪ ਦੇ, ਇਹਨੂੰ ਇੱਦਾਂ ਹਿਲਾ ਹੀ ਜਾਣਾ, ਕਿਉਂਕਿ ਸ਼ੂਗਰ ਨੇ ਵੀ ਹੁਣ ਵਿੱਚ ਮਿਕਸ ਹੋਣਾ। ਇੱਦਾਂ ਚੰਗੀ ਤਰ੍ਹਾਂ ਹਿਲਾਈ ਜਾਓ ਤਾਂ ਇਹ ਫਿਰ ਥੋੜ੍ਹਾ ਜਿਹਾ ਜਿੱਦਾਂ ਮਿਲਟ ਜਿਹਾ ਹੋ ਜਾਣਾ ਆ, ਪਤਲਾ ਜਿਹਾ ਹੋ ਜਾਣਾ ਆ। ਬਸ ਆਪਾਂ ਸ਼ੂਗਰ ਨੂੰ ਮਿਲਟ ਕਰਨਾ ਆ। ਮੈਂ ਹੀਟ ਅਜੇ ਵੀ ਮੀਡੀਅਮ 'ਤੇ ਰੱਖੀ ਹੋ ਆ,
ਤੁਸੀਂ ਆਪਣੇ ਮੁਤਾਬਕ ਦੇਖ ਲੈਣਾ, ਤੁਹਾਨੂੰ ਪਤਾ ਲੱਗ ਜਾਣਾ ਵੀ ਜਲੇ ਨਾ ਬਸ, ਕਿਉਂਕਿ ਬਹੁਤ ਸੌਖੀ ਆ ਬਰਫੀ ਬਣਾਉਣੀ। ਹੁਣ ਦੇਖੋ ਇਹਨੇ ਬਰਫੀ ਨੇ ਪੈਨ ਨੂੰ ਛੱਡ ਦਿੱਤਾ ਹੈ ਚੰਗੀ ਤਰ੍ਹਾਂ ਨਾਲ, ਜਿੱਦਾਂ ਦੇਖੋ ਇਕੱਠੀ ਹੋਣ ਲੱਗ ਪਿਆ ਹੈ ਨਾ ਸਾਰਾ ਕੁਛ। ਬਸ ਹੁਣ ਤਿਆਰ ਹੋਣ ਵਾਲੀ ਹੈ, ਫਿਰ ਸਾਨੂੰ ਪਤਾ ਕਿੱਦਾਂ ਲੱਗੂਗਾ ਵੀ ਇਹ ਰੈਡੀ ਹੈ। ਦੇਖੋ ਤੁਸੀਂ ਹੱਥ ਨਾਲ ਜਾਲ ਲਿਓ ਕਿ ਸ਼ੂਗਰ ਵਿੱਚ ਐਨ ਚੰਗੀ ਤਰ੍ਹਾਂ ਮਿਕਸ ਹੋ ਗਈ ਹੈ। ਆਪਾਂ ਕੀ ਕਰਨਾ, ਕਿਸੇ ਵੀ ਕੌਲੀ ਦੇ ਵਿੱਚ ਹੈ ਨਾ ਥੋੜ੍ਹਾ ਜਿਹਾ ਕੱਢ ਲਓ, ਦੇਖੋ ਹੱਥ ਨਾਲ ਜਾ ਲਿਓ, ਮਾੜਾ ਜਿਹਾ ਠੰਡਾ ਹੋ ਜਾਵੇ। ਮੈਂ ਇਹਨੂੰ ਇੰਨੇ ਕਿਲੋ ਕੱਢ ਲਿਆ ਵਿੱਚ, ਜਦੋਂ ਇੱਦਾਂ ਨਾ ਗੋਲੀ ਜਿਹੀ ਬਣ ਲੱਗ ਪਈ ਆ, ਆਹ ਦੇਖੋ ਆਹ ਦੇਖੋ ਇੱਦਾਂ ਗੋਲੀ ਜਿਹੀ ਬਣ ਲੱਗ ਪਈ ਹੈ ਨਾ, ਇਹਦਾ ਮਤਲਬ ਹੁਣ ਸਾਡੀ ਬਰਫੀ ਤਿਆਰ ਆ ਜੰਮਣ ਲਈ। ਹੁਣ ਮੈਂ ਗੈਸ ਨੂੰ ਬੰਦ ਕਰ ਦਿੱਤਾ ਆ, ਹੁਣ ਆਪਾਂ ਇਹਨੂੰ ਜਮਾਉਣ ਲਈ ਇੱਕ ਟਰੇ 'ਚ ਪਾਵਾਂਗੇ। ਇਹਨੂੰ ਮੱਸੀ ਮੇਰੇ 8 ਮਿੰਟ ਲੱਗੇ ਆ, 7-8 ਮਿੰਟ 'ਚ ਤਿਆਰ ਹੋ ਗਈ। ਹੁਣ ਮੈਂ ਟਰੇ ਲੈ ਲਈ ਆ, ਆਪਾਂ ਇਹਦੇ ਵਿੱਚ ਪਾ ਲੈਣਾ ਇਹਨੂੰ ਬਰਫੀ ਨੂੰ ਹੁਣ ਸਾਰੇ ਨੂੰ। ਹੁਣ ਪਾ ਕੇ ਆਪਾਂ ਇਹਨੂੰ ਕੀ ਕਰਨਾ, ਇੱਕ ਪਾਸੇ ਨੂੰ ਇੱਦਾਂ ਲਾ ਕੇ ਜਮਾ ਲੈਣੀ ਹੈ ਆਪਾਂ ਇੱਦਾਂ ਕਿਸੇ ਚੀਜ਼ ਦੇ ਨਾਲ, ਕਿਉਂਕਿ ਹੱਥ ਨਹੀਂ ਲਾਉਣਾ, ਇਹ ਗਰਮ ਬਹੁਤ ਆ। ਹਾਂਜੀ ਦੇਖੋ ਦੇਖੋ ਆਪਾਂ ਹੈ ਨਾ ਇਹਨੂੰ ਸਾਰੇ ਨੂੰ ਜਿੱਦਾਂ ਚੰਗੀ ਤਰ੍ਹਾਂ ਦੱਬ ਕੇ ਇਹਦੇ ਉੱਤੇ ਮਾੜਾ ਜਿਹਾ ਘੇ ਲਾ ਲਾ ਜੇ ਚਮਕ ਲਿਆਉਣੀ ਆ, ਨਹੀਂ ਤਾਂ ਉੱਤੇ ਬਹੁਤ ਸੋਹਣਾ ਹੋ ਜਾਂਦਾ ਆ। ਕਿਉਂਕਿ ਮੈਂ ਥੋੜ੍ਹੀ ਬਣਾਈ ਆ, ਜੇ ਤੁਸੀਂ ਜ਼ਿਆਦਾ ਬਣਾਉਣੀ ਚਾਹੁੰਦੇ ਆ ਜ਼ਿਆਦਾ ਠੀਕ, ਮੇਰੀ ਟਰੇ ਵੱਡੀ ਸੀ ਇਸ ਕਰਕੇ ਮੈਂ ਉਹਨੂੰ ਸਾਈਡ 'ਤੇ ਬਸ ਜਮਾਉਂਗੀ। ਇੱਦਾਂ ਪਲੇਨ ਜਿਹੀ ਇੱਦਾਂ ਕਰ ਸਕਦੇ ਹਾਂ ਕਿਸੇ ਵੀ ਚੀਜ਼ ਦੇ ਨਾਲ, ਜਾਂ ਹੈ ਨਾ ਕੌਲੀ ਲੈ ਲਓ, ਕੌਲੀ ਨੂੰ ਮਾੜਾ ਜਿਹਾ ਥੱਲੇ ਦੇ ਪਾਸੇ ਘੇ ਲਾ ਕੇ ਉਹਨਾਂ ਇੱਦਾਂ ਦੱਬ ਲਓ ਕੌਲੀ ਦੇ ਨਾਲ, ਹੈ ਨਾ ਕੋਈ ਵੀ ਕੌਲੀ ਲੈ ਕੇ ਜਿੱਦਾਂ ਇੱਦਾਂ ਦੀ ਵੀ ਆ ਕੋਈ ਸਟੀਲ ਦੀ ਕੌਲੀ, ਇਹਦੇ ਥੱਲੇ ਘੇ ਲਾ ਕੇ ਇੱਦਾਂ ਇਹਨੂੰ ਇੱਦਾਂ ਕਰ ਲਓ ਦੱਬ ਲਓ, ਹੈ ਨਾ ਇੰਨਾ ਵੀ ਹੋ ਜਾਂਦਾ। ਕਿਸੇ ਵੀ ਚੀਜ਼ ਨਾਲ ਜੋ ਵੀ ਤੁਹਾਡੇ ਕੋਲ ਹੈਗਾ ਆ ਉਹਦੇ ਨਾਲ ਕਰ ਲਓ, ਹੈ ਨਾ। ਮੈਂ ਇਹਦੇ ਉੱਤੇ ਬਦਾਮ ਪਿਸਤਾ ਥੋੜ੍ਹਾ ਜਿਹਾ ਲਾਉਂਗੀ ਡੈਕੋਰੇਟ ਕਰਨ ਲਈ, ਇਹਨੂੰ ਗਾਰਨਿਸ਼ ਕਰਾਂਗੇ ਇਹਦੇ ਨਾਲ, ਦੇਖਣ ਨੂੰ ਸੋਹਣੀ। ਜੇ ਜਿੱਦਾਂ ਕੋਈ ਆਇਆ ਹੈ ਨਾ ਗੈਸਟਾਂ ਦੇ ਮੂਹਰੇ ਰੱਖਣੀ ਹੈ, ਬੜੀ ਸੋਹਣੀ ਲੱਗਦੀ ਹੈ ਜੇ ਇੱਦਾਂ ਕੋਈ ਚੀਜ਼ ਉੱਤੇ ਲਾ ਤਾਂ। ਫਿਰ ਇਹਨੂੰ ਮਾੜਾ ਮਾੜਾ ਇੱਦਾਂ ਵੀ ਵਿੱਚ ਲੱਗ ਜਾਵੇ ਚੰਗੀ ਤਰ੍ਹਾਂ ਕਿਸੇ ਚੀਜ਼ ਦੇ ਨਾਲ, ਕੌਲੀ ਨਾ ਕਿਸੇ ਵੀ ਚੀਜ਼ ਨਾ ਤੁਸੀਂ ਦਬਾ ਦਿਓ ਇੱਦਾਂ। ਮੈਂ ਥੋੜ੍ਹੇ ਚਿਰ ਲਈ ਇਹਨੂੰ ਇੱਦਾਂ ਹੀ ਪਈ ਰਹਿਣ ਦਿਓ। ਹੁਣ ਬਰਫੀ ਨੂੰ ਹੈ ਨਾ ਰੱਖਿਆ ਮੈਨੂੰ ਨੀਲੀ 15 ਮਿੰਟ ਹੋ ਚੱਲੇ ਆ, ਮੈਂ ਇਹਨੂੰ ਬਾਹਰੇ ਰੱਖਿਆ ਆ ਸੀ, ਫਰਿੱਜ 'ਚ ਨਹੀਂ ਰੱਖਿਆ। ਜੇ ਤੁਹਾਨੂੰ ਇਹ ਤੋਂ ਵੀ ਛੇਤੀ ਤੁਸੀਂ ਵਰਤਣੀ ਚਾਹੁੰਦੇ ਆ ਤਾਂ ਫਰਿੱਜ 'ਚ ਰੱਖ ਲਓ 5-10 ਮਿੰਟ, ਫਿਰ ਕੱਢ ਲਓ। ਹੁਣ ਜੰਮ ਗਈ ਆ, ਮੈਂ ਇਹਨੂੰ ਕੱਟੂੰਗੀ, ਜਿੱਦਾਂ ਕੋਈ ਵੀ ਨਾਈਫ ਲੈ ਲਓ ਅਤੇ ਉਹਨੂੰ ਜੇ ਤੁਸੀਂ ਲਾਉਣਾ ਚਾਹੁੰਦੇ ਹੋ ਮਾੜਾ ਜਿਹਾ ਘੇ ਕੁਛ ਤੇਲ ਲਾ ਲਓ, ਪਰ ਮੈਂ ਘੇ ਕੁਛ ਨਹੀਂ ਇਹਨੂੰ ਲਾਇਆ ਹੈਗਾ, ਮੈਂ ਉੱਦਾਂ ਹੀ ਕੱਟ ਲੈਂਦੀ ਹਾਂ ਇਹਨੂੰ। ਮੈਂ ਜਦੋਂ ਨਾ ਜਮਾਇਆ ਸੀ ਟਰੇ ਦੇ ਵਿੱਚ ਬੇਕਿੰਗ ਪੇਪਰ ਲਾ ਲਿਆ ਸੀਗਾ, ਕਿਉਂਕਿ ਫਿਰ ਟ੍ਰੇਨ ਦੇ ਨਾਲ ਨਾਲ ਲੱਗੇ ਜੁੜੇ ਨਾ ਨਾਈਫ ਕੱਢਣੀ ਬਹੁਤ ਈਜ਼ੀ ਹੋ ਜਾਂਦੀ ਆ। ਮੈਂ ਹੁਣ ਇਹਦੇ ਜਿੱਦਾਂ ਪੀਸ ਕੱਟ ਲਏ, ਮੈਂ ਸਕੁਏਅਰ ਕੱਟੇ ਆ, ਤੁਸੀਂ ਜਿੱਦਾਂ ਦੇ ਵੀ ਕਰਨੇ ਚਾਹੁੰਦੇ ਆ ਕੱਟ ਸਕਦੇ ਆ, ਹੈ ਨਾ। ਅਤੇ ਹੁਣ ਮੈਂ ਇਹਨੂੰ ਕੱਢ ਕੇ ਪਲੇਟ 'ਚ ਰੱਖ ਲਉਂਗੀ, ਦੇਖੋ ਕਿੰਨੇ ਸੋਹਣੇ ਪੀਸ ਬਣੇ ਆ। ਜੇ ਤੁਸੀਂ ਬੇਕਿੰਗ ਪੇਪਰ ਨਹੀਂ ਵੀ ਥੱਲੇ ਰੱਖਣਾ ਨਾ ਰੱਖੋ, ਤੁਹਾਡੀ ਮਰਜ਼ੀ ਹੈ, ਪਰ ਮੈਂ ਰੱਖ ਲਿਆ।
मैं इदा ही सारी बर्फी कढ लूँगी हूँ। हाँ जी बर्फी कढ के हूँ मैं प्लेट के बच्चे पा ली है तो बहुत सोहनी बनी है तो असी टेस्ट भी करके देख लीए बहुत स्वाद बनी है। रखड़ियाँ तो अपने घर आप बना के देखिए तो मैं कमेंट करके जरूर दस्यो भी तुसी घर बनाई किदा दी बनी। सत श्री अकाल जी धन्यवाद।